ਪੰਜਾਬੀ ਲੋਕ ਪੰਜਾਬ ਬੰਦੂ ਇਹ ਮੇਰੇ ਬਾਰਾ ਸ਼ਾਬਾਸ਼ ਤੇ ਫਿਰ ਕੀ ਬਣ ਗਈ ਹਾਂ ਕੀ ਬਣਿਆ ਚਾਹ ਬਣੀ ਹੋ ਚਾਹ ਹਾਂ ਟੈਗਰਾਮ ਤਾਂ ਆਉਂਦਾ ਪੁਲਿਸ ਵਾਲੇ ਨੇ 102 ਲੋਕਾਂ ਦਾ ਉਹ ਪਰਿਵਾਰ ਬਣਾਇਆ ਜਿਨ੍ਹਾਂ ਨੂੰ ਪਰਿਵਾਰ ਹੁੰਦਿਆਂ ਸੁਣਦਿਆਂ ਵੀ ਪਰਿਵਾਰ ਦਾ ਸੁੱਖ ਨਸੀਬ ਨਹੀਂ ਹੋਇਆ। ਔਰ ਮੈਂ ਪੰਜਾਬ ਪੁਲਿਸ ਦੇ ਵਿੱਚ ਐਜ ਏ ਹੈੱਡ ਕਾਂਸਟੇਬਲ ਹਾਂ ਔਰ ਮੇਰੀ ਪੋਸਟਿੰਗ ਜਿਹੜੀ ਆ ਉਹ ਪੁਲਿਸ ਸਟੇਸ਼ਨ ਮਹਿਤੇ ਹੈ। ਫਾਦਰ ਸਾਹਿਬ ਨੂੰ ਉਹਨਾਂ 2017 'ਚ ਕੈਂਸਰ ਹੋ ਗਿਆ ਅਤੇ ਫਿਰ ਅਸੀਂ ਲੁਧਿਆਣੇ ਲੈ ਗਏ ਉਹਨਾਂ ਨੂੰ ਕਾਫੀ ਟਾਈਮ ਅਤੇ ਉੱਥੇ ਮੈਂ ਕਾਫੀ ਲੋਕ ਜਿਹੜੇ ਇੱਦਾਂ ਦੇ ਦੇਖੇ ਜਿਹੜੇ ਮਤਲਬ ਲਵਾਰਸ ਕਿਸਮ ਦੇ ਸੀ ਜਿਨ੍ਹਾਂ ਦੇ ਜ਼ਖਮ ਜ਼ੁਖਮ ਕਾਫੀ ਸੀ ਕਾਫੀ ਉਹਨਾਂ ਦੇ ਹਾਲਾਤ ਜਿਹੜੇ ਸੀ ਮਾੜੇ ਅਤੇ ਮੈਂ ਉਹਨਾਂ ਵਾਸਤੇ ਥੋੜ੍ਹਾ ਬਹੁਤਾ ਜਿੰਨਾ ਕੁ ਮੈਂ ਕਰ ਪਾਇਆ ਉਦੋਂ ਉਹਨਾਂ ਦੀ ਡਰੈਸਿੰਗ ਡਰੁਸਿੰਗ ਕਰਵਾਈ ਉਹਨਾਂ ਦੀਆਂ ਪੱਟੀਆਂ ਪੁੱਟੀਆਂ ਕਰਵਾਈਆਂ ਯੇ ਵੋ ਹੈ ਨਾ ਅਤੇ ਫਿਰ ਇਹਨਾਂ ਵਾਸਤੇ ਅਸੀਂ ਇੱਕ ਮਤਲਬ ਆਪਣਾ ਹੀ ਜਿਹੜਾ ਘਰ ਬਣਾਉਣ ਦਾ ਅਸੀਂ ਫੈਸਲਾ ਕੀਤਾ ਕਿ ਪਰਿਵਾਰ ਦਾ ਸਾਥ ਲੋੜੋਂ ਵੱਧ ਔਰ ਯਾਰਾਂ ਦੋਸਤਾਂ ਦਾ ਅਤੇ ਮਤਲਬ ਕਿਆ ਬਾਤਾਂ ਇੰਨਾ ਵਧੀਆ ਸਾਡਾ ਪਿੰਡ ਔਰ ਰਲ ਮਿਲ ਕੇ ਸਾਰੇ ਸਾਥ ਦਿੰਦੇ ਦੋ ਤਿੰਨ ਬੀਬੀਆਂ ਜਿਨ੍ਹਾਂ ਦੀ ਸਾਰੀ ਸਾਰੀ ਫੈਮਿਲੀ ਕੈਨੇਡਾ ਮਤਲਬ ਸ਼ਿਫਟ ਆ ਕਦੀ ਉਹਨਾਂ ਨੂੰ ਆਪਣੇ ਬੱਚਿਆਂ ਦਾ ਅਹਿਸਾਸ ਇਹ ਚੀਜ਼ ਦਾ ਹੋਵੇ ਹੀ ਨਾ ਕਿ ਉਹ ਪਰਿਵਾਰ ਤੋਂ ਵੱਖਰੀਆਂ ਨੇ ਹੋਰ ਅਲੱਗ ਜਿਹੀ ਦੁਨੀਆ ਆ ਜਿਹਦੇ 'ਚ ਰਹਿ ਕੇ ਮਤਲਬ ਤੁਹਾਨੂੰ ਆਪਣੇ ਸੁੱਖ ਦੁੱਖ ਆਪਣੇ ਦੁੱਖ ਤਾਂ ਭੁੱਲ ਹੀ ਜਾਂਦੇ ਕਿ ਮੈਂ ਵੀ ਕਿਤੇ ਦੁਖੀ ਹੋਇਆ ਹੈ ਕਿਉਂਕਿ ਜਿਹੜੇ ਸਾਡੇ ਰਿਸ਼ਤੇਦਾਰ ਆਉਂਦੇ ਯਾਰ ਇੱਥੇ ਹੀ ਆਉਂਦੇ ਕਿ ਇਹਦਾ ਜਨਮ ਦਿਨ ਆ ਗਿਆ ਕਿਸੇ ਮੈਰਿਜ ਐਨੀਵਰਸਰੀ ਆ ਗਈ ਸਾਰੇ ਇੱਥੇ ਰਲ ਮਿਲ ਕੇ ਜ਼ਿਆਦਾ ਮਨਾਈਦਾ ਔਰ ਐਂ ਖੁਸ਼ੀਆਂ ਆਨੰਦ ਜਿਹੜਾ ਉਹ ਹਾਸਲ ਕਰੀਦਾ ਤੁਸੀਂ ਪੁਲਿਸ ਮੁਲਾਜ਼ਮ ਤਾਂ ਬੜੇ ਦੇਖੇ ਹੋਣਗੇ ਸੇਵਾ ਵੀ ਕਰਦੇ ਨੇ ਪਰ ਉਹਨਾਂ ਦਾ ਪੁਲਿਸ ਦਾ ਇੱਕ ਵੱਖਰਾ ਹੀ ਰੂਪ ਜਿਹੜਾ ਹੈ ਆਮ ਹੀ ਦੇਖਣ ਨੂੰ ਮਿਲਦਾ ਸਮਾਜਿਕ ਜ਼ਿੰਦਗੀ ਦੇ ਵਿੱਚ ਪਰ ਅੱਜ ਅਸੀਂ ਐਸੇ ਪੁਲਿਸ ਵਾਲੇ ਨਾਲ ਮਿਲਾਵਾਂਗੇ ਜਿਸ ਨੇ 102 ਲੋਕਾਂ ਦਾ ਉਹ ਪਰਿਵਾਰ ਬਣਾਇਆ ਜਿਨ੍ਹਾਂ ਨੂੰ ਪਰਿਵਾਰ ਹੁੰਦਿਆਂ ਸੁਣਦਿਆਂ ਵੀ ਪਰਿਵਾਰ ਦਾ ਸੁੱਖ ਨਸੀਬ ਨਹੀਂ ਹੋਇਆ ਕੁਝ ਐਸੇ ਮੰਦਬੁੱਧੀ ਲੋਕ ਜਿਹੜੇ ਸੜਕਾਂ 'ਤੇ ਰੁਲਦੇ ਫਿਰਦੇ ਸੀ ਉਹਨਾਂ ਨੂੰ ਲਿਆਂਦਾ ਕੁਝ ਐਸੇ ਜ਼ਖਮੀ ਜਿਨ੍ਹਾਂ ਦੇ ਲੱਤਾਂ ਬਾਹਾਂ 'ਚ ਕੀੜੇ ਪੈ ਗਏ ਸੀ ਉਹਨਾਂ ਦੇ ਹੱਥੀਂ ਕੀੜੇ ਵੀ ਕੱਢੇ ਕਿਉਂ ਸੇਵਾ ਵੱਲ ਧਿਆਨ ਲੱਗ ਗਿਆ ਨੌਕਰੀ ਵੀ ਕਰਦੇ ਨੇ ਆਸ਼ਰਮ ਵੀ ਚਲਾਉਂਦੇ ਨੇ ਕਿੱਥੋਂ ਆਏ ਪੈਸੇ ਆਸ਼ਰਮ ਚਲਾਉਣ ਲਈ ਕਿੰਨੀ ਕੁ ਸੇਵਾ ਲਈ ਜਾਂ ਫਿਰ ਖੁਦ ਕਿੰਨੀ ਸੇਵਾ ਕੀਤੀ ਗੱਲਬਾਤ ਕਰ ਲਾਂਗੇ ਸਾਡੇ ਨਾਲ ਜਿਹੜੇ ਆਸ਼ਰਮ ਦੇ ਸੰਪਾਦਕ ਮੌਜੂਦ ਆ ਭਾਅ ਜੀ ਵੈਸੇ ਤਾਂ ਹੈਪੀ ਨਾਂ ਤੋਂ ਜ਼ਿਆਦਾ ਮਸ਼ਹੂਰ ਹੋ ਪਰ ਆਪਣਾ ਅਸਲ ਨਾਂ ਵੀ ਦਰਸ਼ਕਾਂ ਨੂੰ ਦੱਸ ਦਿਓ ਸਭ ਤੋਂ ਪਹਿਲਾਂ ਤਾਂ ਭਾਅ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਮੇਰਾ ਨਾਂ ਹਰਪ੍ਰੀਤ ਸਿੰਘ ਹੈ ਮੈਂ ਵੈਸੇ ਪਿੰਡ ਪੋਏਵਾਲ ਤੋਂ ਬਿਲੋਂਗ ਕਰਦਾ ਡਿਸਟ੍ਰਿਕਟ ਅੰਮ੍ਰਿਤਸਰ ਹੈ ਔਰ ਮੈਂ ਪੰਜਾਬ ਪੁਲਿਸ ਦੇ ਵਿੱਚ ਐਜ਼ ਏ ਹੈੱਡ ਕਾਂਸਟੇਬਲ ਹਾਂ ਔਰ ਮੇਰੀ ਪੋਸਟਿੰਗ ਜਿਹੜੀ ਆ ਉਹ ਪੁਲਿਸ ਸਟੇਸ਼ਨ ਮਹਿਤੇ ਹੈ ਆਸ਼ਰਮ ਤੁਸੀਂ ਖੋਲ੍ਹਿਆ ਜਿਹ 102 ਲੋਕਾਂ ਦਾ ਪਰਿਵਾਰ ਆ ਕਿੱਦਾਂ ਸਵੱਬ ਬਣਿਆ ਕਿੱਦਾਂ ਸੇਵਾ ਵੱਲ ਧਿਆਨ ਲੱਗਿਆ ਅਤੇ ਪੁਲਿਸ ਵਾਲੇ ਤਾਂ ਬਹੁਤਾ ਡਾਂਗ ਡੂੰਗ ਫੇਰਨ 'ਚ ਵਿਸ਼ਵਾਸ ਰੱਖਦੇ
ਨਹੀਂ ਭਾਅ ਜੀ, ਇਵੇਂ ਦੀ ਹੀ ਕਿ ਅਸਲ 'ਚ ਜਦੋਂ ਕਿਤੇ ਥੋੜ੍ਹੀ ਜਿਹੀ ਇਨਸਾਨ ਨੂੰ ਚੋਟ ਲੱਗਦੀ ਹੈ ਨਾ, ਅਤੇ ਮਨ ਉਹਦਾ ਉਦੋਂ ਹੀ ਬਦਲਦਾ ਹੈ। ਅਤੇ ਫਾਦਰ ਸਾਹਿਬ ਨੂੰ ਨਾ 2017 'ਚ ਕੈਂਸਰ ਹੋ ਗਿਆ, ਅਤੇ ਫਿਰ ਅਸੀਂ ਲੁਧਿਆਣੇ ਲੈ ਗਏ ਉਹਨਾਂ ਨੂੰ ਕਾਫੀ ਟਾਈਮ। ਅਤੇ ਕੈਂਸਰ ਤੋਂ ਬਾਅਦ ਮਤਲਬ ਉਹ ਚੁਣੌਤੀਆਂ ਕਾਫੀ ਜ਼ਿਆਦਾ ਸੀ ਸਾਡੇ ਸਾਹਮਣੇ, ਅਤੇ ਮੇਰੀਆਂ ਖੁਦ ਦੀਆਂ 5 ਭੈਣਾਂ ਸੀ ਔਰ ਮੈਂ ਇਕੱਲਾ ਭਾਈ, ਥੋੜ੍ਹਾ ਜਿਹਾ ਮੈਨੂੰ ਉਸ ਚੀਜ਼ ਦੇ ਵਿੱਚ ਮੈਨੂੰ ਪਰੇਸ਼ਾਨੀ ਸੀ ਕਿ ਹੈ ਨਾ ਮੈਂ ਸਾਰਾ ਕੁਝ ਹੈਂਡਲ ਕਿੱਦਾਂ ਕਰੂੰਗਾ। ਅਤੇ ਉੱਥੇ ਫਿਰ ਆਉਣਾ ਜਾਣਾ ਰਹਿਣਾ ਸਹਿਣਾ ਉਹ ਸਾਰਾ ਕੁਝ ਉੱਥੇ ਹੀ, ਅਤੇ ਕਰਦਿਆਂ ਕਰਾਉਂਦਿਆਂ ਫਿਰ ਭਾਅ ਜੀ ਉੱਥੇ ਮੈਂ ਕਾਫੀ ਲੋਕ ਜਿਹੜੇ ਇੱਦਾਂ ਦੇ ਦੇਖੇ ਜਿਹੜੇ ਮਤਲਬ ਲਵਾਰਸ ਕਿਸਮ ਦੇ ਸੀ, ਜਿਨ੍ਹਾਂ ਦੇ ਜ਼ਖਮ ਜ਼ੁਖਮ ਕਾਫੀ ਸੀ, ਕਾਫੀ ਉਹਨਾਂ ਦੇ ਹਾਲਾਤ ਜਿਹੜੇ ਸੀ ਮਾੜੇ ਸੀ। ਅਤੇ ਮੈਂ ਉਹਨਾਂ ਵਾਸਤੇ ਥੋੜ੍ਹਾ ਬਹੁਤਾ ਜਿੰਨਾ ਕੁ ਮੈਂ ਕਰ ਪਾਇਆ ਉਦੋਂ, ਉਹਨਾਂ ਦੀ ਡਰੈਸਿੰਗ ਡਰੁਸਿੰਗ ਕਰਵਾਈ, ਉਹਨਾਂ ਦੀਆਂ ਪੱਟੀਆਂ ਪੁੱਟੀਆਂ ਕਰਵਾਈਆਂ, ਯੇ ਵੋ, ਹੈ ਨਾ। ਅਤੇ ਥੋੜ੍ਹੇ ਜਿਹੇ ਸਮੇਂ ਬਾਅਦ ਮਤਲਬ ਜਿਹੜੇ ਬੰਦੇ ਦੀ ਅੱਜ ਡਰੈਸਿੰਗ ਕੀਤੀ ਆ, ਨੈਕਸਟ ਡੇ ਮੈਨੂੰ ਉਹ ਨਹੀਂ ਕਦੀ ਮਿਲਿਆ। ਅਤੇ ਲਗਭਗ ਮੈਂ ਕਾਫੀ ਦਿਨ ਇੱਦਾਂ ਕਰਦਾ ਰਿਹਾ। ਅਤੇ ਫਿਰ ਮੈਂ ਇੱਕ ਦਿਨ ਸੋਚਿਆ ਕਿ ਹੈ ਨਾ ਕੁਝ ਨਾ ਕੁਝ ਅਜਿਹਾ ਮੈਂ ਜ਼ਰੂਰ ਕਰਾਂ ਜਿਹਦੇ ਨਾਲ ਹੈ ਨਾ ਇਹਨਾਂ ਇਨਸਾਨਾਂ ਦੀ ਜ਼ਿੰਦਗੀ ਜਿਹੜੀ ਆ ਵਾਕਿਆ ਜਿਹੜਾ ਵਾ ਉਹ ਲੀਹ 'ਤੇ ਆਵੇ। ਅਤੇ ਫਿਰ ਇਹਨਾਂ ਵਾਸਤੇ ਅਸੀਂ ਇੱਕ ਮਤਲਬ ਆਪਣਾ ਹੀ ਜਿਹੜਾ ਘਰ ਬਣਾਉਣ ਦਾ ਅਸੀਂ ਫੈਸਲਾ ਕੀਤਾ। ਅਤੇ ਉਹ ਅੱਜ ਘਰ ਜਿਹੜਾ ਉਹ ਬਣਦਾ ਬਣਦਾ ਪੂਰਾ ਪਰਿਵਾਰ ਜਿਹੜਾ ਬਹੁਤ ਵੱਡਾ ਪਰਿਵਾਰ ਬਣ ਗਿਆ। ਪਰਿਵਾਰ ਦਾ ਕਿੰਨਾ ਕੁ ਸਾਥ ਮਿਲਿਆ, ਯਾਰਾਂ ਦੋਸਤਾਂ ਦਾ ਕਿੰਨਾ ਸਾਥ ਮਿਲਿਆ, ਔਰ ਕਿਹੜੀ ਕਿਹੜੀ ਔਕੜ ਦਾ ਸਾਹਮਣਾ ਕਰਨਾ ਪਿਆ ਇਸ ਘਰ ਬਣਾਉਣ 'ਚ? ਇਸ ਚੀਜ਼ ਬਾਰੇ ਭਾਅ ਜੀ ਮੈਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਖੁਸ਼ਨਸੀਬ ਹੀ ਸਮਝਦਾ ਕਿ ਪਰਿਵਾਰ ਦਾ ਸਾਥ ਲੋੜੋਂ ਵੱਧ ਔਰ ਯਾਰਾਂ ਦੋਸਤਾਂ ਦਾ ਤਾਂ ਮਤਲਬ ਕਿਆ ਬਾਤਾਂ। ਅਤੇ ਇੱਦਾਂ ਹੀ ਕਰਦਿਆਂ ਕਰਾਉਣ ਮਤਲਬ ਸਾਰਾ ਪਿੰਡ ਜਿਹੜਾ ਆ ਸਾਡਾ ਭੋਏਵਾਲ ਪਿੰਡ, ਮਤਲਬ ਜਿੰਨੀ ਵੀ ਮੈਂ ਮੇਰੇ ਕੋਲ ਸ਼ਬਦ ਥੋੜ੍ਹੇ ਘੱਟ ਪੈਂਦੇ ਆ ਕਿ ਇੰਨਾ ਵਧੀਆ ਸਾਡਾ ਪਿੰਡ ਔਰ ਰਲ ਮਿਲ ਕੇ ਸਾਰੇ ਸਾਥ ਦਿੰਦੇ। ਇਹਨਾਂ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਕੀ ਇਹ ਆਪ ਆ ਜਾਂਦੇ ਨੇ ਤੁਹਾਡੇ ਕੋਲ, ਇਹਨਾਂ ਦੇ ਪਰਿਵਾਰ ਛੱਡ ਜਾਂਦੇ ਆ ਕਿ ਲੈਣ ਜਾਂਦੇ ਹੋ? ਨਹੀਂ ਭਾਅ ਜੀ, ਇਹਦੇ ਹਰੇਕ ਚੀਜ਼ ਦਾ ਇੱਕ ਵੱਖਰਾ ਐਂਗਲ ਆ ਔਰ ਹਰੇਕ ਵਿਅਕਤੀ ਦੀ ਇੱਕ ਅਲੱਗ ਸਟੋਰੀ ਹੈ। ਬਹੁਤ ਜ਼ਿਆਦਾ ਇੱਦਾਂ ਦੇ ਵੀ ਨੇ ਜਿਨ੍ਹਾਂ ਦਾ ਸਾਰਾ ਕੁਝ ਹੈਗਾ ਆ, ਮੈਂ ਤੁਹਾਨੂੰ 2-3 ਬੀਬੀਆਂ ਹੈ ਨਾ ਮਿਲਾਵਾਂਗਾ ਜਿਨ੍ਹਾਂ ਦੀ ਸਾਰੀ ਸਾਰੀ ਫੈਮਿਲੀ ਕੈਨੇਡਾ ਮਤਲਬ ਸ਼ਿਫਟ ਆ, ਅਤੇ ਅੱਜ ਤੱਕ ਸਾਨੂੰ ਕਦੀ ਫੋਨ ਕਾਲ ਜੇ ਅਸੀਂ ਕਰਦੇ ਹਾਂ ਤਾਂ ਸਾਡੀ ਚੁੱਕਦੇ ਨਹੀਂ ਆ, ਅਤੇ ਜੇ ਮਤਲਬ ਜਿਹੜੇ ਚੁੱਕਦੇ ਆ ਉਹਨਾਂ ਨੇ ਕਦੀ ਦੱਸਿਆ ਨਹੀਂ ਆ ਕਿ ਆਉਣਗੇ ਕਦੋਂ ਜਾਂ ਇਹਨਾਂ ਨੂੰ ਮਿਲਣਗੇ ਕਦੋਂ। ਅਤੇ 2-3 ਵਾਰੀ ਤਾਂ ਮਤਲਬ ਇੱਦਾਂ ਦੇ ਇੰਸੀਡੈਂਟ ਵੀ ਹੋਏ ਆ ਕਿ ਸਾਡੇ ਕੋਲ ਇੱਥੇ ਬਜ਼ੁਰਗ ਜਿਹੜੇ ਆ ਐਕਸਪਾਇਰ ਹੋ ਜਾਂਦੇ ਰਹੇ ਔਰ ਅਸੀਂ ਫੋਨ ਕਰਦੇ ਰਹੇ ਵੀ ਤੁਸੀਂ ਹੁਣ ਮਤਲਬ ਅੰਤਿਮ ਸਮੇਂ 'ਤੇ ਤੁਸੀਂ ਉਹਨਾਂ ਦੇ ਜਿਹੜਾ ਦੇਖ ਲਓ। ਅਤੇ ਉਹਦੇ ਵਿੱਚ ਵੀ ਬਹਾਨੇਬਾਜ਼ੀ ਕਿ ਮੈਂ ਫਲਾਣੀ ਜਗ੍ਹਾ ਗਿਆ ਵਾਂ, ਅੱਜ ਨਹੀਂ ਆ ਸਕਦਾ, ਕੱਲ੍ਹ ਆਊਂਗਾ, ਮਤਲਬ ਕੋਈ ਗੱਲ ਨਹੀਂ ਵੀ ਹੈ ਨਾ ਕੱਲ੍ਹ ਆ ਜਾਓ ਤੁਸੀਂ, ਨਹੀਂ ਤੁਸੀਂ ਮਤਲਬ ਇਹਨਾਂ ਦਾ ਕਰ ਦਿਓ ਤੁਸੀਂ ਜੋ ਸੰਸਕਾਰ ਵਗੈਰਾ, ਅਤੇ ਜ਼ਿਆਦਾ ਗੱਲ ਹੈ ਤਾਂ ਅਸੀਂ ਹੈ ਨਾ ਖਰਚਾ ਤੁਹਾਨੂੰ ਪਾ ਦਾਂਗੇ, ਗੂਗਲ ਪੇ ਕਰ ਦਾਂਗੇ ਜਾਂ ਯੇ ਉਹ। ਅਤੇ ਹੁਣ ਜਿਹੜੇ ਬੰਦੇ ਨੂੰ ਸਾਰੀ ਜ਼ਿੰਦਗੀ ਮਤਲਬ ਸਾਡੇ ਕੋਲ ਕਾਫੀ ਕਾਫੀ ਪੁਰਾਣੇ ਜਿਹੜੇ 4-5 ਸਾਲ ਤੋਂ ਸਾਡੇ ਕੋਲ, ਅਤੇ ਗੱਲ ਮਤਲਬ ਪੈਸੇ ਦੀ ਨਹੀਂ ਹੁੰਦੀ ਭਾਅ ਜੀ, ਪੈਸੇ ਤਾਂ ਹੈ ਨਾ ਹੋਰ ਸ਼ਬਦ ਮੇਰੇ ਕੋਲ ਨਿਕਲ ਚੱਲਿਆ ਸੀ, ਬਟ ਸ਼ਬਦ ਪੈਸੇ ਪੈਸਾ ਕੋਈ ਮਾਇਨੇ ਨਹੀਂ ਹੈਗਾ। ਬਟ ਮੈਂ ਇਹ ਗੱਲ ਕਹੂੰਗਾ ਕਿ ਹਾਂ ਅਹਿਸਾਸ ਹੋਣਾ ਬੜਾ ਜ਼ਰੂਰੀ ਆ ਔਰ ਇਮੋਸ਼ਨਲ ਖਾਸ ਕਰ। ਜਦੋਂ ਫਿਰ ਕਿਤੇ ਖਾਸ ਕਰਕੇ ਔਰਤਾਂ ਮਾਵਾਂ ਜਦੋਂ ਕਦੀ ਇਮੋਸ਼ਨਲ ਹੁੰਦੀਆਂ ਹੋਣਗੀਆਂ, ਜਦੋਂ ਹੈਪੀ ਦਾ ਸਿਰ ਪਲੋਸਦੀਆਂ, ਕੀ ਆਉਂਦਾ ਦਿਲ 'ਚ? ਕੋਸ਼ਿਸ਼ ਤਾਂ ਭਾਅ ਜੀ ਮੈਂ ਇਹੀ ਕਰਦਾ ਕਿ ਕਦੀ ਉਹਨਾਂ ਨੂੰ ਆਪਣੇ ਬੱਚਿਆਂ ਦਾ ਅਹਿਸਾਸ ਇਹ ਚੀਜ਼ ਦਾ ਹੋਵੇ ਹੀ ਨਾ ਕਿ ਉਹ ਪਰਿਵਾਰ ਤੋਂ ਵੱਖਰੀਆਂ ਨੇ, ਕਿਉਂਕਿ ਮਤਲਬ ਉਹਨਾਂ ਦੇ ਲੱਤਾਂ ਲੁੱਤਾਂ ਘੁੱਟਣ ਨਾਲ ਜੋ ਖੁਸ਼ੀ ਮਿਲਦੀ ਨਾ ਉਹ ਇੱਦਾਂ ਦੱਸਿਆ ਨਹੀਂ ਮਿਲਣੀ। ਕਿਉਂਕਿ ਮੈਂ ਕਹੂੰਗਾ ਨਾ ਤੁਹਾਨੂੰ ਬੜਾ ਆਨੰਦ ਆਉਂਦਾ, ਤੁਹਾਨੂੰ ਲੱਗਣਾ ਯਾਰ ਇਹ ਮਤਲਬ ਅੱਤ ਕਥਨੀ ਜੀ ਗੱਲ ਹੈ, ਅਗਰ ਤੁਸੀਂ 10 ਮਿੰਟ ਕੱਢ ਕੇ ਤੁਸੀਂ ਐਵੇਂ ਕਰੋਗੇ ਨਾ ਤਾਂ ਤੁਹਾਨੂੰ ਲੱਗਣਾ ਕਿ ਯਾਰ ਇਹ ਤਾਂ ਮੇਰੇ ਜਿਹੜੇ ਕਸ਼ਟ ਸੀ ਨਾ ਪਤਾ ਨਹੀਂ ਮੈਨੂੰ ਲੱਗਦਾ ਕਿ ਤਾਂ ਰੱਬ ਨੇ ਖੋਹ ਹੀ ਲਏ ਹੁੰਦੇ ਆ, ਕਿਉਂਕਿ ਇਹ ਇੱਕ ਹੋਰ ਅਲੱਗ ਜਿਹੀ ਦੁਨੀਆ ਆ ਜਿਹਦੇ 'ਚ ਰਹਿ ਕੇ ਮਤਲਬ ਤੁਹਾਨੂੰ ਆਪਣੇ ਸੁੱਖ ਦੁੱਖ ਆਪਣੇ ਦੁੱਖ ਤਾਂ ਭੁੱਲ ਹੀ ਜਾਂਦੇ ਕਿ ਮੈਂ ਵੀ ਕਿਤੇ ਦੁਖੀ ਹੋਇਆ ਸੀ,
ਤੇ ਉਹਨਾਂ ਨਾਲ ਰਹਿ ਕੇ ਬਸ ਇਹਨਾਂ ਵਰਗਾ ਹੀ ਹੋ ਜਾਈਦਾ, ਬੜਾ ਅਲੱਗ ਜਿਹਾ। ਆਪਣੇ ਘਰ ਮਹਿਮਾਨ ਆ ਜਾਣ ਤੇ ਦੋ ਚਾਰ ਤੇ ਦੋ ਦਿਨ ਕੱਢਣੇ ਵੀ ਔਖੇ ਹੋ ਜਾਂਦੇ, ਕਿਉਂਕਿ ਖਰਚਾ ਅੱਜ ਕੱਲ੍ਹ ਮਹਿੰਗਾਈ ਦਾ ਜ਼ਮਾਨਾ। 102 ਲੋਕਾਂ ਦਾ ਖਾਣਾ, ਰਹਿਣਾ ਸਹਿਣਾ, ਕੱਪੜਾ, ਬਿਜਲੀ ਕਿੱਥੋਂ ਮੈਨੇਜ ਹੁੰਦਾ? ਮੈਨੇਜ ਜਿਵੇਂ ਨਾ, ਉਹ ਇੱਕ ਪੁਰਾਣਾ ਹੈਗੀ ਆ ਕਹਾਵਤ ਕਿ ਮਤਲਬ ਸਾਡੇ ਤੋਂ ਗੁਰੂ ਪਾਤਸ਼ਾਹ ਨੇ ਹੈ ਨਾ 20 ਦਾ ਲੰਗਰ ਚਲਾਇਆ ਸੀ ਅਤੇ ਸਾਡੇ ਕੋਲ ਤਾਂ ਉਹ ਹੀ ਨਹੀਂ ਮੁੱਕਦਾ। ਅਤੇ ਬਿਲਕੁਲ ਉੱਦਾਂ ਦੀ ਕਹਾਣੀ ਆ ਕਿ ਅਜੇ ਤੱਕ ਕਦੀ ਇਹ ਹੱਥ ਜਿਹੜਾ ਨਾ ਐਵੇਂ ਨਹੀਂ ਹੋਇਆ। ਮਤਲਬ ਜੇ ਸਾਨੂੰ ਲੱਗਦਾ ਨਾ ਕਿ ਅੱਜ ਸਾਡੇ ਕੋਲ ਕਿਸੇ ਚੀਜ਼ ਦੀ ਮਤਲਬ ਕਣਕ ਹੀ ਸਾਨੂੰ ਚਾਹੀਦੀ ਆ, ਹੈ ਨਾ, ਇਸ ਚੀਜ਼ ਦੀ ਲੋੜ। ਅਤੇ ਕਈ ਵਾਰ ਮੈਂ ਅਜੇ ਦੇ ਲੋਕ ਦੇਖੇ ਜਿਨ੍ਹਾਂ ਬਾਰੇ ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਲੋਕ ਹੈਗੇ ਆ ਜਾਂ ਕੌਣ ਆਏ, ਅਤੇ ਆਪੇ ਆ ਕੇ ਕਈ ਵਾਰ ਦੇ ਜਾਂਦੇ। ਅਤੇ ਮੈਂ ਬੜਾ ਵਾਰ ਸੋਚੂੰਗਾ ਕਿ ਯਾਰ ਮਤਲਬ ਹਰੇਕ ਇਨਸਾਨ ਨੂੰ ਜਿਹੜਾ ਖਵਾਉਣ ਵਾਲਾ ਨਾ ਉਹ ਵਾਕਿਆ ਹੀ ਅਕਾਲ ਪੁਰਖ ਆ, ਉਹਨੂੰ ਹਰੇਕ ਦਾ ਫਿਕਰ ਆ ਕਿ ਇਹਨੂੰ ਮੈਂ ਕਿੱਦਾਂ ਇਹਦਾ ਪੇਟ ਭਰਨਾ ਔਰ ਕਿਹਦੀ ਡਿਊਟੀ ਲਾਉਣੀ ਆ। ਔਰ ਇਸ ਲਈ ਕਈ ਵਾਰ ਐਵੇਂ ਸੇਵਾ ਜਿਹੜੀ ਆ ਜਾਂਦੀ। ਬਾਕੀ ਸਾਡਾ ਜਿਹੜਾ ਨਗਰ ਆ ਸਾਡਾ ਭੋਏਵਾਲ, ਉਹ ਬੜਾ ਸਪੋਰਟ ਕਰਦਾ, ਸਾਡੇ ਲਾਗੇ ਬੰਨੇ ਵਾਲੇ ਜਿਹੜੇ 8-10 ਪਿੰਡ ਆ, ਬੜੀ ਜ਼ਬਰਦਸਤ ਸਪੋਰਟ ਕਰਦੇ ਭਾਅ ਜੀ। ਤੁਸੀਂ ਵੀ ਆਮ ਹਾਈਟੈਕ ਟੈਕਨੋਲੋਜੀ ਦਾ ਫਾਇਦਾ ਲੈਂਦੇ ਹੋ ਸੋਸ਼ਲ ਮੀਡੀਆ 'ਤੇ, ਫਿਰ ਇਹਨਾਂ ਗਰੀਬਾਂ ਦੀਆਂ ਵੀਡੀਓਜ਼ ਪਾ ਪਾ ਕੇ ਪੈਸੇ ਪੂਸੇ ਇਕੱਠੇ ਕਰ ਲੈਂਦੇ ਹੋ, ਮੰਗ ਲੈਂਦੇ ਹੋ? ਹਾਂ ਨਹੀਂ, ਪੈਸੇ ਤਾਂ ਕੀ, ਮੈਨੂੰ ਲੱਗਦਾ ਕਿ ਅਜੇ ਵੀਡੀਓ ਵਾਡੀਓ ਪਾਉਣ ਦੀ ਕਦੀ ਲੋੜ ਹੀ ਨਹੀਂ ਪਈ ਬਹੁਤੀ। ਬਾਕੀ ਮੇਰਾ ਪੇਜ ਹੈ ਉਦਾਂ ਫੇਸਬੁੱਕ 'ਤੇ, ਮੇਰਾ ਭਾਣਜਾ ਜਿਹੜਾ ਉਹੀ ਉਹਨੂੰ ਦੇਖਦਾ ਦੇਖਦਾ, ਮੈਨੂੰ ਤਾਂ ਬਹੁਤਾ ਨਹੀਂ ਚਲਾਉਣਾ ਆਉਂਦਾ। ਅਤੇ ਠੀਕ ਠਾਕ ਜਿਹਾ ਆਪਣਾ ਮਤਲਬ ਬਹੁਤੀ ਵਸੀ ਲੋੜ ਹੈ ਹੀ ਨਹੀਂ ਉਸ ਚੀਜ਼ ਦੀ, ਕਿਉਂਕਿ ਜ਼ਿਆਦਾ ਤੁਸੀਂ ਦੁਨੀਆ ਨੂੰ ਖੁਸ਼ ਕਰਨ ਦੇ ਚੱਕਰ 'ਚ ਪੈ ਜਾਓਗੇ ਨਾ, ਅਤੇ ਆਪ ਮਤਲਬ ਸਦਾ ਵਾਸਤੇ ਆਪਣੀ ਖੁਸ਼ੀ ਨੂੰ ਗਵਾ ਲਓਗੇ। ਜ਼ਿਆਦਾਤਰ ਜਿਹੜੇ ਸੋਸ਼ਲ ਐਕਟੀਵਿਸਟ ਨੇ, ਐਨ ਜੀ ਓ ਚਲਾਉਂਦੇ ਆ ਜਾਂ ਤੁਹਾਡੇ ਕੋਲ ਆਸ਼ਰਮ ਚਲਾਉਂਦੇ ਆ, ਜਾਂ ਤਾਂ ਉਹ ਫੇਮ ਲਈ ਚਲਾਉਂਦੇ ਆ ਜਾਂ ਉਹ ਪੈਸੇ ਲਈ ਚਲਾਉਂਦੇ ਆ, ਸੇਵਾ ਵਾਲੀ ਭਾਵਨਾ ਜਿਹੜੀ ਨਾ ਉਹ ਤੀਸਰੇ ਥਾਂ ਚਲੀ ਜਾਂਦੀ ਆ। ਮੈਂ ਸਿੱਧਾ ਸਵਾਲ, ਸ਼ਾਇਦ ਤੁਹਾਨੂੰ ਕੌੜਾ ਵੀ ਲੱਗੇ, ਕਿ ਪੈਸੇ ਇਕੱਠੇ ਕਰਦੇ ਪਏ ਹੋ ਕਿ ਸ਼ੌਹਰਤ ਕਮਾ ਰਹੇ ਹੋ? ਨਹੀਂ ਭਾਅ ਜੀ, ਇਹ ਚੀਜ਼ਾਂ ਦੋਨੋਂ ਹੀ ਨਹੀਂ ਹੈਗੀਆਂ। ਮਤਲਬ ਜਿਹੜਾ ਨਾ ਮਸ਼ਹੂਰ ਹੋਣਾ ਇੱਕ ਹੋਰ ਚੀਜ਼ ਆ, ਮਹਾਨ ਹੋਣਾ ਇੱਕ ਹੋਰ ਚੀਜ਼ ਆ, ਇਹਨਾਂ ਦੋਨਾਂ 'ਚ ਬੜਾ ਫਰਕ ਆ ਔਰ ਫਰਕ ਸਮਝਣਾ ਪਊਗਾ। ਕਿਸੇ ਨੂੰ ਵੀ ਮਤਲਬ ਮੈਂ ਨਹੀਂ ਬੋਡੀ ਕਿਸੇ ਨੂੰ ਵੀ ਲੈ ਕੇ ਮੈਂ ਕਹਿੰਦਾ ਕਿ ਯਾਰ ਇਹ ਬੰਦਾ ਬੜਾ ਗਰੀਬ ਹੈ, ਗਰੀਬ ਮਤਲਬ ਉਹਨੂੰ ਇੱਕ, ਮੈਨੂੰ ਨਹੀਂ ਲੱਗਦਾ, ਮਤਲਬ ਇਹ ਮੇਰੀ ਸੋਚ ਆ ਵੈਸੇ, ਹਰੇਕ ਬੰਦੇ ਦੀ ਆਪਣੀ ਹੁੰਦੀ। ਉਹ ਥੋੜ੍ਹਾ ਜਿਹਾ ਨਾ ਉਹਨੂੰ ਕਈ ਵਾਰ, ਹੁਣ ਕਈ ਸਾਡੇ ਕੋਲ ਬੱਚੀਆਂ ਨੇ ਬੜੀਆਂ ਵਧੀਆ ਵਧੀਆ ਬੜੀਆਂ ਘੈਂਟ ਫੈਮਿਲੀ ਦੀਆਂ, ਅਤੇ ਮੈਂ ਉਹਨੂੰ ਕਹਿੰਦਾ ਕਿ ਲਾਗੇ ਬਹਾ ਕੇ ਮੈਂ ਉਹਨੂੰ ਕਹਿੰਦਾ ਕਿ ਆਹ ਜਿਹੜੀ ਆ ਨਾ ਬੱਚੀ ਬੜੀ ਵਧੀਆ ਪਰਿਵਾਰ ਦੀ ਔਰ ਅੱਜ ਇਹ ਹਾਲਾਤਾਂ 'ਚ, ਮੈਨੂੰ ਲੱਗਦਾ ਕਿ ਮੈਂ ਉਹਦਾ ਫਿਊਚਰ ਜਿਹੜਾ ਸਦਾ ਵਾਸਤੇ ਸੱਤਿਆਨਾਸ਼ ਕਰ ਦੂੰਗਾ। ਸਾਰੀ ਦੁਨੀਆ ਜਿਹੜੀ ਆ ਨਾ ਉਹਨੂੰ ਘਿਰਨਾ ਦੀ ਨਿਗਾਹ ਨਾਲ ਹੀ ਵੇਖੂਗੀ, ਜਾਂ ਉਹਨੂੰ ਤਰਸਗੀ ਦੀ ਨਿਗਾਹ ਨਾਲ ਵੇਖਣਗੇ ਕਿ ਹਾਏ ਉੱਦਾਂ ਦੀ ਆਸ਼ਰਮ 'ਚ ਰਹਿ ਕੇ ਆਈ ਆ ਜਾਂ ਕਿੱਦਾਂ, ਹੈ ਨਾ। ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਚੀਜ਼, ਫਿਰ ਪਰਿਵਾਰ, ਆਸ਼ਰਮ ਔਰ ਨੌਕਰੀ, ਕਿਉਂਕਿ ਨੌਕਰੀ ਵੀ ਡਾਂਗ ਵਾਲੀ ਆ, ਕਿੱਦਾਂ ਬੈਲੈਂਸ ਕਰਦੇ ਹੋ? ਨਹੀਂ ਹੋ ਜਾਂਦੀ ਭਾਅ ਜੀ, ਬੜੇ ਆਰਾਮ ਨਾਲ। ਪਰਿਵਾਰ ਜਿਹੜਾ ਹੈ ਮੇਰਾ ਬਹੁਤ ਵਧੀਆ, ਆਸ਼ਰਮ ਦੇ ਨਾਲ ਹੀ ਘਰ ਹੈ ਮੇਰਾ, ਅਤੇ ਅਸੀਂ ਜ਼ਿਆਦਾ ਟਾਈਮ ਹੀ ਜਿਹੜਾ ਸਾਰਾ ਪਰਿਵਾਰ ਉਹ ਅਸੀਂ ਆਸ਼ਰਮ ਨੂੰ ਹੀ ਦਿੰਦੇ ਹਾਂ। ਅਤੇ ਨੌਕਰੀ 'ਤੇ ਜਿਹੜਾ ਉਹ ਤਾਂ ਹੈ ਨਾ, ਹੈ ਹੀ ਮੇਰੀ ਰੋਜ਼ੀ ਰੋਟੀ ਆ, ਪਹਿਲ ਵੀ ਉਸੇ ਚੀਜ਼ ਨੂੰ ਹੀ ਆ। ਜਦੋਂ ਉਧਰੋਂ ਫ੍ਰੀ ਹੋਇਆ ਤਾਂ ਸਭ ਤੋਂ ਪਹਿਲਾਂ ਰਿਸ਼ਤੇਦਾਰੀ ਨੂੰ ਪਹਿਲ ਦਿੱਤੀ ਜਾਂਦੀ ਕਿ ਆਸ਼ਰਮ ਨੂੰ? ਨਹੀਂ ਨਹੀਂ, ਰਿਸ਼ਤੇਦਾਰੀ ਵਾਲੀ ਨਹੀਂ ਕੋਈ ਵੀ ਹੈਗਾ ਜ਼ਿਆਦਾਤਰ, ਕਿਉਂਕਿ ਜਿਹੜੇ ਸਾਡੇ ਰਿਸ਼ਤੇਦਾਰ ਆਉਂਦੇ ਯਾਰ ਇੱਥੇ ਹੀ ਆਉਂਦੇ, ਕਿਸੇ ਦਾ ਜਨਮਦਿਨ ਆ ਗਿਆ, ਕਿਸੇ ਦੀ ਮੈਰਿਜ ਐਨਵਰਸਰੀ ਆ ਗਈ, ਸਾਰੇ ਇੱਥੇ ਰਲ ਮਿਲ ਕੇ ਜ਼ਿਆਦਾ ਮਨਾਈਦਾ ਔਰ ਐਂ ਖੁਸ਼ੀਆਂ ਆਨੰਦ ਜਿਹੜਾ ਉਹ ਹਾਸਲ ਕਰੀਦਾ। ਹਰਪ੍ਰੀਤ ਸਿੰਘ ਹੈਪੀ, ਜਿਹੜੇ ਕਿ ਪੰਜਾਬ ਪੁਲਿਸ ਦੇ ਵਿੱਚ ਬਤੌਰ ਹੈੱਡ ਕਾਂਸਟੇਬਲ ਕੰਮ ਕਰਦੇ, ਪਿਤਾ ਦੀ ਮੌਤ ਤੋਂ ਬਾਅਦ ਜ਼ਿੰਦਗੀ ਐਸੀ ਬਦਲੀ ਕਿ 102 ਲੋਕਾਂ ਦਾ ਵੱਖਰਾ ਪਰਿਵਾਰ ਬਣਾ ਲਿਆ। 5 ਭੈਣਾਂ ਨੇ, ਉਹ ਵੀ ਕਹਿੰਦੇ ਕਿ ਜਦੋਂ ਮਿਲਣਾ ਹੁੰਦਾ ਇੱਥੇ ਹੀ ਆਉਂਦੀਆਂ, ਇੱਥੋਂ ਹੀ ਨੌਕਰੀ 'ਤੇ ਜਾਂਦੇ ਆ, ਇੱਥੇ ਹੀ ਵਾਪਸ ਆਉਂਦੇ ਆ। ਰਹੀ ਗੱਲ ਕਹਿੰਦੇ ਪੈਸੇ ਦੀ, ਤਾਂ ਪੈਸਾ ਕਦੀ ਮੰਗਣ ਨਹੀਂ ਗਏ, ਅਤੇ ਇਹ ਵੀ ਨਹੀਂ ਪਤਾ ਕਿ ਇਹਨਾਂ ਦਾ ਰੋਜ਼ੀ ਰੋਟੀ ਕਿੱਦਾਂ ਚੱਲਦਾ, ਕਿਉਂਕਿ
ਗੁਰੂ ਨਾਨਕ ਦੇ ਵੀਹਾਂ ਦਾ ਲੰਗਰ ਕਹਿੰਦੇ ਹਾਲੇ ਤੱਕ ਵੀ ਜਾਰੀ ਹੈ।